ਏਬੀਪੀ ਸੰਜੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਪੱਕਾ ਇਸ ਵਕਤ ਭਗਵੰਤ ਮਾਨ ਦੇ ਕਾਫਲੇ ਦੇ ਨਾਲ ਨਾਲ ਏਬੀਪੀ ਸੰਜੇ ਦੀ ਟੀਮ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਅੱਗੇ ਦੀਆਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਦੇ ਕਾਫਲੇ ਦੀ ਇਹ ਤਸਵੀਰ ਹੈ ਕਿ ਕਾਫਲੇ ਦੇ ਵਿੱਚ ਜਿਹੜੀਆਂ ਤਮਾਮ ਗੱਡੀਆਂ ਨੇ ਉਹ ਕਾਫਲੇ ਦੇ ਵਿੱਚ ਚੱਲ ਰਹੀਆਂ ਨੇ ਕਾਫਲੇ ਦੀਆਂ ਤਸਵੀਰਾਂ ਇਸ ਵਕਤ ਕਾਫਲਾ ਜਿਹੜਾ ਤਰਨਤਾਰਨ ਤੋਂ ਸਿਰਫ 16 ਕਿਲੋਮੀਟਰ ਜਿਹੜਾ ਪਿੱਛੇ ਹੈਗਾ ਉਹ ਕਾਫਲਾ ਰਹਿ ਚੁੱਕਿਆਗਾ ਤਾਂ ਕਾਫਲੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਤ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਦੇ ਕਾਫਲੇ ਦੀ ਉਹ ਤਸਵੀਰ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤਰਨਤਾਰਨ ਤੋਂ 16 ਕਿਲੋਮੀਟਰ ਜਿਹੜਾ ਪਿੱਛੇ ਹੈਗਾ ਉਹ ਕਾਫਲਾ ਇਸ ਵਕਤ ਨੁਸ਼ਹਿਰਾ ਦਾ ਜਿਹੜਾ ਏਰੀਆ ਹੈਗਾ ਉੱਥੇ ਪਹੁੰਚ ਚੁੱਕਿਆ ਔਰ ਹੁਣ ਤੋਂ ਕੁਝ ਹੁਣ ਤੋਂ ਕੁਝ ਮਿਆ ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇਹ ਕਾਫਲਾ ਹੈਗਾ ਉਹ 에ਅਰਪੋਰਟ ਤੇ ਪਹੁੰਚੇਗਾ 에ਅਰਪੋਰਟ ਤੇ ਜਾ ਕੇ ਅਰਵਿੰਦ ਕੇਜਰੀਵਾਲੂ ਰਿਸਿਵ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਦਰبار صاحب શ્રી ਅੰਮ੍ਰਿਤਸਰ ਵਿਕੇ ਜਾ ਕੇ ਨਤਮਸਤਕ ਹੋਣਗੇ ਨਤਮਸਤਕ ਹੋਣ ਤੋਂ ਬਾਅਦ ਜਲਿਆਂਵਾਲਾ ਬਾਗ ਜਿਹੜਾ 1919 ਦਾ ਗੋਲੀ ਕਾਂਡ ਦੀ ਇੱਕ ਯਾਦ ਦੇ ਤੌਰ ਤੇ ਬਣਾਇਆ ਗਿਆ ਸੀ 13 April 1919 ਨੂੰ ਜਦੋਂ ਜਨਰਲ ਡਾਇਰ ਦੇ ਵੱਲੋਂ ਉਸ ਜਗ੍ਹਾ ਤੇ ਗੋਲੀਆਂ ਚਲਾਈਆਂ ਜਾਂਦੀਆਂ ਜਿਸ ਦੇ ਵਿੱਚ ਬਹੁਤ ਸਾਰੇ ਨਿਹਾਤੇ ਲੋਕ ਸੀ ਜਿਹੜੇ ਮਾਰੇ ਗਏ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਯਾਦਗਾਰ ਬਣੀ ਹੋਈ ਆ ਉਸ ਜਗ੍ਹਾ ਤੇ ਜਾ ਕੇ ਨਤਮਸਤਕ ਹੋਣਗੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਔਰ ਸ਼ਹੀਦ ਉਦਮ ਸਿੰਘ ਉਸੇ ਜਗ੍ਹਾ ਤੇ ਖੜ ਕੇ ਸੌਂ ਖਾਂਦੇ ਨੇ ਜਨਰਲ ਐਡਵਾਈਰ ਨੂੰ ਮਾਰਨ ਦੇ ਲਈ ਤਾਂ ਸ਼ਹੀਦ ਉਦਮ ਸਿੰਘ ਦਾ ਜਿਹੜਾ ਏਰੀਆ ਹੈ ਉਹ ਵੀ ਬਿਲਕੁਲ ਸੰਗਰੂਰ ਦੇ ਨਾਲ ਸੁਨਾਮ ਦਾ ਏਰੀਆ ਭਗਵੰਤ ਮਾਨ ਦੇ ਲੋਕ ਸਭਾ ਦੇ ਅੰਡਰ ਆਉਂਦਾ ਤਾਂ ਜ਼ਿਲ੍ਹਾ ਬਲੇ ਬਾਗਤਬਾਜ ਜਿਹੜਾ ਅੱਗੇ ਦਾ ਰੁਖ ਰਹਿਣ ਵਾਲਾ ਹੈਗਾ ਉਹ ਦੁਰਗਿਆਣਾ ਮੰਦਿਰ ਦਾ ਰਹੇਗਾ ਦੁਰਗਿਆਣਾ ਮੰਦਿਰ ਤੋਂ ਬਾਅਦ ਭਗਵਾਨ ਬਾਲਮੀਕੀ ਦਾ ਜੋ ਮੰਦਿਰ ਹੈ ਉਹ ਜਗ੍ਹਾ ਤੇ ਜਾ ਕੇ ਜਿਹੜਾ ਨਤਮਸਤਕ ਹੈ ਉਹ ਹੋਇਆ ਜਾਊਗਾ ਤੇ 16 ਮਾਰਚ ਦਾ ਉਹ ਦਿਨ ਇਤਿਹਾਸਿਕ ਦਿਨ ਹੋਏਗਾ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ਤੇ ਸੌਹ ਨੂੰ 92 ML ਦੇ ਨਾਲ ਸੌ ਚੁੱਕਣ ਜਾ ਰਹੇ ਨੇ ਤਾਂ ਅੰਕੜਿਆਂ ਦਾ ਜਦੋਂ ਖੇਡ ਦੇਖਦੇ ਆ ਵਕ ਵਕ ਜਿਹੜੇ ਅੰਕੜੇ ਨੇ ਉਹਨਾਂ ਦਾ ਜਦੋਂ ਖੇਡ ਦੇਖਦੇ ਆ ਤਾਂ 16 ਦਾ ਅੰਕੜਾ ਭਗਵੰਤ ਮਾਨ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਨਜ਼ਰ ਆਉਂਦਾ ਹੈ 16 ਮਈ 1992 ਦਾ ਦਿਨ ਜਦੋਂ ਭਗਵੰਤ ਮਾਨ ਦੀ ਪਹਿਲੀ ਕੈਸਟਾ ਆਈ 16 ਦਸੰਬਰ 1992 ਦਾ ਦਿਨ ਜਦੋਂ ਭਗਵੰਤ ਮਾਨ ਦੀ ਦੂਸਰੀ ਕੈਸਟਾ ਆਈ 16 ਮਈ 2011 ਦਾ ਦਿਨ ਜਦੋਂ ਭਗਵੰਤ ਮਾਨ ਦੇ ਪਿਤਾ ਜੀ ਦੀ ਜਿਹੜੀ ਡੈਥ ਹੋ ਗਈ ਔਰ 16 ਮਾਰਚ 2022 ਦਾ ਉਹ ਦਿਨ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਚਿਹਰੇ ਦੇ ਤੌਰ ਤੇ ਸੌਂਚ ਕੁੰਜਾਰੇ ਨੇ ਤਾਂ ਜਿਹੜੀ ਇੱਕ ਹੋਰ ਇੰਟਰਸਟਿੰਗ ਫੈਕਟ ਹੈ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਣੇ ਕਿ ਜਿਹੜਾ 16 ਮਾਰਚ 2022 ਨੂੰ ਭਗਵੰਤ ਮਾਨ ਖਟਕੜ ਕਲਾਂ ਦੀ ਧਰਤੀ ਤੋਂ ਜਿਹੜਾ ਨਵਾਂ ਸ਼ਹਿਰ ਦਾ ਏਰੀਆ ਸ਼ਹੀਦ ਭਗਤ ਸਿੰਘ ਦੀ ਜਿਹੜੀ ਜੱਦੀ ਪਿੰਡ ਹੈਗਾ ਉਹ ਖਟਕੜ ਕਲਾਂ ਹੈਗਾ ਤਾਂ ਉਸ ਜਗ੍ਹਾ ਤੇ ਆਪਣਾ ਸੌ ਚੁੱਕ ਸਮਾਗਮ ਕਰਨ ਜਾ ਰਹੇ ਨੇ ਇੱਕ ਫੈਕਟ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ 26 ਮਾਰਚ 2011 26 ਮਾਰਚ 2011 ਦਾ ਚੇਤਾ ਤੁਹਾਨੂੰ ਸ਼ਾਇਦ ਆ ਰਿਹਾ ਹੋਵੇਗਾ ਸ਼ਾਇਦ ਬਹੁਤ ਸਾਰੇ ਲੋਕ ਇਸ ਤਰੀਕ ਨੂੰ ਭੁੱਲੇ ਨਹੀਂ ਹੋਣਗੇ ਜਦੋਂ ਭਗਵੰਤ ਮਾਨ ਨੇ ਆਪਣੀ ਪਹਿਲੀ ਸਿਆਸੀ ਸਪੀਚ ਜਦੋਂ ਭਗਵੰਤ ਮਾਨ ਰਾਜਨੀਤੀ 'ਚ ਕਦਮ ਰੱਖਦੇ ਨੇ ਤਾਂ ਭਗਵੰਤ ਮਾਨ ਨੇ ਜਦੋਂ ਰਾਜਨੀਤੀ 'ਚ ਕਦਮ ਰੱਖਿਆ ਸੀ ਉਹ ਦਿਨ ਸੀ 16 ਮਾਰਚ 2011 ਔਰ ਜਗ੍ਹਾ ਸੀ ਖਟਕੜਕਲਾਂ ਦੀ ਤਾਂ ਇੱਕ ਇੰਟਰਸਟਿੰਗ ਫੈਕਟ ਵੀ ਹੈ ਕਿ ਜਿਸ ਜਗ੍ਹਾ ਤੋਂ ਭਗਵੰਤ ਮਾਨ ਨੇ ਜਿਹੜਾ ਆਪਣਾ ਰਾਜਨੀਤੀ ਕੈਰੀਅਰ ਸ਼ੁਰੂ ਕੀਤਾ ਸੀ ਮਨਪ੍ਰੀਤ ਬਾਦਲ ਦੇ ਨਾਲ 26 ਮਾਰਚ 2011 ਨੂੰ ਤਾਂ ਉਸੇ ਜਗ੍ਹਾ ਤੇ ਹੀ ਜਾ ਕੇ ਭਗਵੰਤ ਮਾਨ ਨੇ ਵੀ ਸੌਂ ਖਾਦੀ ਸੀ ਮਨਪ੍ਰੀਤ ਬਾਦਲ ਨੇ ਵੀ ਸੌਂ ਖਾਦੀ ਸੀ ਹੱਥ ਦੇ ਵਿੱਚ ਉਹ ਮਿੱਟੀ ਸੀ ਉਸ ਧਰਤੀ ਦੀ ਤੇ ਕਿਹਾ ਸੀ ਕਿ ਸ਼ਹੀਦਾਂ ਦਾ ਪੰਜਾਬ ਬਣਾ ਕੇ ਛੱਡਾਂਗੇ ਸ਼ਹੀਦਾਂ ਦੀ ਧਰਤੀ ਤੋਂ ਪੰਜਾਬ ਬਣਾ ਕੇ ਛੱਡਾਂਗੇ ਤਾਂ ਅੱਜ ਉਹ ਚੀਜ਼ ਵੀ ਬਿਲਕੁਲ ਯਾਦ ਆ ਰਹੀ ਹੋएगी ਭਗਵੰਤ ਮਾਨ ਨੂੰ ਕਿ ਅੱਜ ਤੋਂ ਠੀਕ 10-11 ਸਾਲ ਪਹਿਲਾਂ ਜਦੋਂ ਪਿੱਛੇ ਜਾਉਂਗੇ ਤਾਂ ਠੀਕ 26 ਮਾਰਚ 2011 ਤੇ 26 ਮਾਰਚ 2022 ਤੋਂ 10 ਦਿਨ ਪਹਿਲਾਂ 16 ਮਾਰਚ 2022 ਨੂੰ ਭਗਵੰਤ ਮਾਨ ਉਸੇ ਜਗ੍ਹਾ ਤੇ ਹੀ ਖੜਕੇ ਜਿਸ ਜਗ੍ਹਾ ਤੋਂ ਭਗਵੰਤ ਮਾਨ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਜਿਸ ਜਗ੍ਹਾ ਤੇ ਭਗਵੰਤ ਮਾਨ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ ਸੀ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਅਕਸਰ ਕਮੇਟੀ ਦੇ ਜ਼ਰੀਏ ਤੰਜ ਕਰਦੇ ਭਗਵੰਤ ਮਾਨ ਨਜ਼ਰ ਆਉਂਦੇ ਸੀ ਪਰ ਭਗਵੰਤ ਮਾਨ ਦਾ ਪਹਿਲਾ ਰਾਜਨੀਤਿਕ ਭਾਸ਼ਣ 26 ਮਾਰਚ 2011 ਨੂੰ ਖਟਕੜ ਕਲਾਂ ਦੀ ਧਰਤੀ ਤੇ ਦਿੱਤਾ ਗਿਆ ਸੀ ਤੇ ਠੀਕ ਉਸੇ ਜਗ੍ਹਾ ਤੋਂ ਜਦੋਂ ਵੀ ਭਗਵੰਤਮਾਨ ਇੱਕ ਹੋਰ ਚੀਜ਼ ਚੀਜ਼ ਜਿਹੜੀ ਸ਼ਾਇਦ ਭਗਵੰਤਵਾਰੇ ਲੋਕ ਨਹੀਂ ਜਾਣਦੇ ਹੁਣੇ ਭਗਵੰਤਮਾਨ ਦੇ ਕੋਲੇ ਜਿੰਨੀਆਂ ਵੀ ਗੱਡੀਆਂ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਵੀ ਕੋਈ ਵਿਅਕਤੀ ਕੋਈ ਗੱਡੀ ਲੈਂਦਾ ਤਾਂ ਉਸ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਮੰਦਿਰ ਮਸਜਿਦ ਜਾਂ ਗੁਰਦੁਆਰੇ ਜਾ ਕੇ ਮੱਥਾ ਜ਼ਰੂਰ ਟੇਕਦਾ ਪਰ ਭਗਵੰਤਮਾਨ ਨੇ ਜਦੋਂ ਵੀ ਕੋਈ ਗੱਡੀ ਲਈ ਹੈ ਤਾਂ ਸਭ ਤੋਂ ਪਹਿਲਾਂ ਉਹ ਗੱਡੀ ਖੜਕੜਕਲਾ ਲੈ ਕੇ ਜਾਂਦੇ ਔਰ ਭਗਵੰਤ ਦੇ ਅਕਸਰ ਕਹਿੰਦੇ ਨਜ਼ਰ ਆਉਂਦੇ ਕਿ ਜਦੋਂ ਪੰਜਾਬ ਦੇ ਲੋਕ ਖੜਕੜਕਲਾ ਪਹੁੰਚਣਗੇ ਤਾਂ ਉਸ ਜਗ੍ਹਾ ਤੇ ਜਾ ਕੇ ਸ਼ਹੀਦ ਭਗਤ ਸਿੰਘ ਦਾ ਘਰ ਦੇਖ ਕੇ ਜਾਣਗੇ ਸ਼ਹੀਦ ਭਗਤ ਯਾਦਾ ਆਪਣੇ ਨਾਲ ਲੈ ਕੇ ਜਾਣਗੇ ਤਾਂ ਇੱਕ ਜਿਹੜਾ ਸੰਕਲਪ ਹੈਗਾ ਉਹ ਸ਼ਹੀਦਾਂ ਦੀ ਧਰਤੀ ਤੋਂ ਲੋਕ ਆਪਣੇ ਨਾਲ ਲੈ ਕੇ ਜਾਣਗੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਹਲੇ ਤੱਕ ਖੜਕੜ ਕਲਾਂ ਨਹੀਂ ਗਏ ਹੋਣੇ ਜਿਹੜੇ ਹਲੇ ਤੱਕ ਸ਼ਹੀਦ ਭਗਤ ਸਿੰਘ ਦੇ ਕਰ ਨਹੀਂ ਗਏ ਹੋਣੇ ਪਰ ਜਦੋਂ ਉਹ ਇਸ ਸੌਚੁਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹਨਾਂ ਤਮਾਮ ਚੀਜ਼ਾਂ ਨੂੰ ਦੇਖ ਕੇ ਜਾਣਗੇ ਔਰ ਜ਼ਿਕਰ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨਾ ਹੈਗਾ 16 ਤਰੀਕ ਦਾ ਜ਼ਿਕਰ 16 ਦੇ ਅੰਕੜੇ ਦਾ ਜ਼ਿਕਰ 16 ਮਈ 1992 ਨੂੰ ਭਗਵੰਤ ਮਾਨ ਦੀ ਪਹਿਲੀ ਕੈਸਟ ਗੋਬੀ ਦੀ ਇੱਕ ਕੱਚੀਏ ਵਪਾਰ ਨੇ ਆਈ ਉਸ ਤੋਂ ਬਾਅਦ 16 ਦਸੰਬਰ 1992 ਨੂੰ ਹੀ ਭਗਵੰਤ ਮਾਨ ਦੀ ਦੂਸਰੀ ਕੈਸਟ ਕੁਲਫੀ ਕਰਮਾ ਕਰਮਾਈ ਔਰ 16 ਮਈ 2011 ਨੂੰ ਭਗਵੰਤ ਦੇ ਪਿਤਾ ਮਹਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਉਹ ਹਮੇਸ਼ਾ ਹਮੇਸ਼ਾ ਲਈ ਭਗਵੰਤ ਨੂੰ ਛੱਡ ਕੇ ਜਿਹੜਾ ਚਲੇ ਗਏ ਔਰ 16 ਮਾਰਚ 2022 ਨੂੰ ਭਗਵੰਤ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਸੌਹ ਚੁੱਕਣ ਜਾ ਰਹੇ ਨੇ ਪਹਿਲੀ ਕੈਸਟ 16 ਮਈ 1992 ਨੂੰ ਹੁੰਦੀ ਹੈ ਔਰ ਸੌ ਚੁੱਕ ਸਮਾਗਮ 16 ਮਾਰਚ ਨੂੰ ਤਾਂ 16 ਦਾ ਅੰਕੜਾ ਜੁੜਦਾ ਉੱਥੇ ਜਿੱਥੇ 1992 ਦੇਖ ਲਈਏ ਤਾਂ 92 ਐਮਐਲਿਆਂ ਦੇ ਨਾਲ ਹੈ ਅੰਕੜਾ 16 ਮਾਰਚ 2022 ਦਾ ਇੱਕ ਅੰਕ 16 ਮਈ 1992 ਦਾ ਤਾਂ ਜਿਹੜੇ ਇਹ ਅੰਕੜਿਆਂ ਦਾ ਖੇਲ ਹੈ ਅਕਸਰ ਕਿਸੇ ਵਹਿਮ ਭਰਮ ਦੇ ਕਾਰਨ ਨਹੀਂ ਪਰ ਕਈ ਵਾਰੀ ਕੋਸ਼ ਚੀਜ਼ਾਂ ਵੈਸੇ ਜੁੜ ਜਾਂਦੀਆਂ ਤਾਂ ਭਗਵੰਤ ਦੇ ਨਾਲ ਵੀ ਇਹ ਅੰਕੜਾ ਜਿਹੜਾ ਵਖੂਬੀ ਜੁੜਿਆ ਹੋਇਆ ਹੈ 16 ਮਾਰਚ ਦਾ ਜਿਹੜਾ ਇਹ ਅੰਕੜਾ ਹੈਗਾ ਉਹ ਭਗਵੰਤ ਮਾਨ ਦੇ ਨਾਲ ਵਖੂਬੀ ਜੁੜਿਆ ਹੋਇਆ 16 ਤਰੀਕ ਦਾ ਅੰਕੜਾ ਹੈ ਖਾਸ ਤੌਰ ਤੇ ਜਿਹੜਾ ਜ਼ਿਕਰ ਅਸੀਂ ਕਰ ਰਹੇ ਹਾਂ ਤਾਂ 92 ਐਮਐਲ ਦੇ ਨਾਲ ਸੌਚਕ ਸਮਾਗਮ ਹੋਏਗਾ ਔਰ ਇਸ ਵਕਤ ਦੀ ਇੱਕ ਹੋਰ ਅਪਡੇਟ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਕਿ 16 ਮਾਰਚ ਨੂੰ ਜਿਹੜਾ ਸੌਚਕ ਸਮਾਗਮ ਹੈ ਉਹ ਇਕੱਲਾ ਭਗਵੰਤ ਮਾਨ ਸੌਚਣਗੇ ਕੋਈ ਵੀ ਨਾਲ ਮੰਤਰੀ ਸੌਚਕ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਏਗਾ ਜਿਹੜੇ ਐਮਐਲਏ ਨੇ ਐਮਐਲਏ ਜ਼ਰੂਰ ਸ਼ਾਮਲ ਹੋਣਗੇ ਪਰ ਭਗਵੰਤ ਦੇ ਨਾਲ ਕੋਈ ਵੀ ਹੋਰ ਮੰਤਰੀ ਸੌ ਨਹੀਂ ਚੁਕੇਗਾ ਤਾਂ ਇਸ ਵਕਤ ਦੀ ਸਭ ਤੋਂ ਅਹਿਮ ਅਪਡੇਟ ਸਭ ਤੋਂ ਪਹਿਲਾਂ এবিপি ਸਾਂਝਾ ਤੇ 16 ਮਾਰਚ ਨੂੰ ਇਕੱਲੇ ਭਗਵੰਤ ਮਾਨ ਸੌ ਚੁੱਕਰੇ ਨੇ ਭਗਵੰਤ ਮਾਨ ਦੇ ਨਾਲ ਕੋਈ ਵੀ ਜਿਹੜਾ ਮੰਤਰੀ ਹੈ ਉਹ ਸੌ ਨਹੀਂ ਚੁਕੇਗਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਇਹ ਜਿਹੜੀ ਅਪਡੇਟ ਆ ਉਹ ਪਹੁੰਚਾਰੇ ਆ ਭਗਵੰਤ 16 ਮਾਰਚ ਨੂੰ ਇਕੱਲੇ ਸੌ ਚੁੱਕਣ ਜਾ ਰਹੇ ਨੇ ਸਭ ਤੋਂ ਪਹਿਲਾਂ এবিপি ਸਾਂਝਾ ਤੇ ਬਾਕੀ ਦੇ ਮੰਤਰੀ ਕਿਸ ਦਿਨ ਸੌ ਚੁੱਕਣਗੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਦੱਸਾਂਗੇ ਕਿੰਨੇ ਮੰਤਰੀ ਸੌ ਚੁੱਕਣਗੇ ਇਹ ਵੀ ਨਾਲ ਦੱਸਾਂਗੇ ਤਾਂ ਹੁਣ ਤੋਂ ਥੋੜੀ ਦੇਰ ਤੱਕ ਤੁਹਾਨੂੰ ਇਹ ਵੀ ਚੀਜ਼ ਥੋੜੀ ਦੇਰ ਤੱਕ ਕਲੀਅਰ ਕਰ ਦਾਂਗੇ ਕਿ ਕਿੰਨੇ ਮੰਤਰੀ ਸੌ ਚੁੱਕਣ ਜਾ ਰਹੇ ਨੇ ਔਰ ਕਿੰਨੀ ਤਰੀਕ ਨੂੰ ਚੁੱਕਣ ਜਾ ਰਹੇ ਨੇ ਪਰ 16 ਮਾਰਚ ਦਾ ਦਿਨ ਖਾਸ ਇਸ ਕਰਕੇ ਕਿਉਂਕਿ ਖੜਕਰ ਕਲਾਂ ਦੀ ਧਰਤੀ ਤੋਂ ਜਿਹੜਾ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਜਾ ਰਹੇ ਨੇ ਹਾਲਾਂਕਿ ਭਗਵੰਤ ਮਾਨ ਨੇ ਕੰਮ ਹੈ ਜਿਹੜਾ ਹੁਣ ਤੋਂ ਹੀ ਸ਼ੁਰੂ ਕਰ ਦਿੱਤਾ ਹੈ ਬਹੁਤ ਸਾਰੇ ਅਧਿਕਾਰੀ ਨੇ ਜਿਨ੍ਹਾਂ ਦੇ ਨਾਲ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਸਾਰੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਤਬਾਦਲੇ ਹੋ ਚੁੱਕੇ ਨੇ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਅਪੁਆਇੰਟਮੈਂਟ ਆ ਉਹ ਹੋ ਚੁੱਕੀਆਂ ਬਹੁਤ ਸਾਰੇ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਨੇ ਤਾਂ ਇਸ ਵਕਤ ਤਰਨਤਾਰਨ ਦੇ ਬਿਲਕੁਲ ਕੋਲ ਦੀ ਇੱਕ ਕਾਫਲਾ ਜਿਹੜਾ ਲੰਘ ਰਿਹਾ ਤੇ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਨੂੰ ਇਹ ਏਰੀਆ ਜਿਹੜਾ ਜਾਏਗਾ ਤਾਂ ਬਹੁਤ ਸਾਰੇ ਹੋ ਬਾਜੀਗਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਉਹਨਾਂ ਦਾ ਨਾਮ ਉਹਨਾਂ ਦੇ ਨਾਮ ਜੁੜਿਆ ਹੋਇਆ ਹੈਗਾ ਕੁਲਵੰਤ ਸਿੰਘ ਬਾਜੀਗਰ ਉਹਨਾਂ ਦਾ ਨਾਮ ਉਹਨਾਂ ਦੇ ਨਾਲ ਜੁੜਿਆ ਹੋਇਆ ਹੈਗਾ ਤਾਂ ਛੁਤਰਾਣਾ ਦੇ ਐਮਐਲਏ ਬਿਲਕੁਲ ਨਵੇਂ ਐਮਐਲਏ ਜਿੱਤ ਕੇ ਆਏ ਨੇ ਉਹ ਵੀ ਭਗਵੰਤ ਮਾਨ ਦੇ ਕਾਫਲੇ ਦੇ ਨਾਲ ਚੱਲ ਰਹੇ ਨੇ ਤਾਂ ਇਸ ਤੋਂ ਇਲਾਵਾ ਸਰਬਜੀਤ ਕੌਰ ਮਾਨੂਕੇ ਸਰਬਜੀਤ ਕੌਰ ਮਾਨੂਕੇ ਦਾ ਜ਼ਿਕਰ ਇਹ ਵੀ ਮਾਨੂਕੇ ਡਿਪਟੀ ਲੀਡਰ ਤਮਾਨ 에어ਪੋਰਟ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਰਿਸਿਵ ਕਰਨਗੇ ਉਸ ਤੋਂ ਸਿੱਧਾ ਸ੍ਰੀ ਹਰਮੰਦਰ ਸਾਹਿਬ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਜਿਹੜੇ ਉਹ ਭਗਵੰਤਮਾਨ ਹੋਣਗੇ ਔਰ ਉਸ ਤੋਂ ਬਾਅਦ ਜੱਲਿਆਂ ਵਾਲੇ ਬਾਗ ਪਹੁੰਚਣਗੇ ਜੱਲਿਆਂ ਵਾਲੇ ਬਾਗ ਤੋਂ ਬਾਅਦ ਸਿੱਧਾ ਸ੍ਰੀ ਦੁਰਗਿਆਨਾ ਮੰਦਰ ਜਾ ਕੇ ਜਿਹੜਾ ਨਤਮਸਤਕ ਭਗਵੰਤਮਾਨ ਹੋਣਗੇ ਔਰ ਉਸ ਤੋਂ ਬਾਅਦ ਭਗਵਾਨ ਬਾਲਮਿਕੀ ਦੇ ਮੰਦਰ ਜਾਣਗੇ ਔਰ ਸਿੱਧਾ ਰੋਡ ਸ਼ੋਅ ਦੇ ਵਿੱਚ ਜਾ ਕੇ ਸ਼ਿਰਕਤ ਕਰਨਗੇ ਤਾਂ ਤਮਾਮ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਡੇ ਤੱਕ ਪਹੁੰਚਾ ਰਿਹਾ ਭਗਵੰਤਮਾਨ ਦੇ ਕਾਫਲੇ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕੇਵਲ ਤੇ ਕੇਵਲ এবੀਪੀ ਸਾਂਝਾ ਤੇ ਤਸਵੀਰਾਂ ਸਾਹਮਣੇ ਬਿਲਕੁਲ ਭਗਵੰਤ ਮਾਨ ਦਾ ਜਿਹੜਾ ਕਾਫਲਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਤੇ ਕਾਫਲੇ ਦੀਆਂ ਤਸਵੀਰਾਂ ਭਗਵੰਤ ਮਾਨ ਦੇ ਕਾਫਲੇ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਦੀ ਗੱਡੀਆਂ ਦਾ ਕਾਫਲਾ ਜਾ ਰਿਹਾ ਤਰ ਅੰਕੜਿਆਂ ਦਾ ਚੱਲ ਰਿਹਾ ਸੀਗਾ ਜਿਸਕਰ ભગવંતમાન ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦਾ ਚੱਲ ਰਿਹਾ ਸੀਗਾ ਤਾਂ 27 ਮਾਰਚ 2011 ਦਾ ਜ਼ਿਕਰ ਸਭ ਤੋਂ ਅਹਿਮ ਜ਼ਿਕਰ ਇਸ ਕਰਕੇ ਬੰਦਾ ਕਿਉਂਕਿ ਉਸ ਦਿਨ ਭਗਵੰਤਮਾਨ ਆਪਣਾ ਕਰੀਅਰ ਛੱਡਦੇ ਨੇ ਆਪਣਾ ਇੱਕ ਐਕਟਿੰਗ ਦੇ ਨਾਲ ਜੁੜਿਆ ਹੋਇਆ ਰੋਜ਼ਗਾਰ ਦਾ ਇੱਕ ਤੰਦਾ ਕੇ ਲਈ ਉਸ ਨੂੰ ਛੱਡਦੇ ਨੇ ਉਸ ਤੋਂ ਬਾਅਦ ਸਿੱਧਾ ਰਾਜਨੀਤੀ ਦੇ ਵਿੱਚ ਕਦਮ ਰੱਖਦੇ ਨੇ ਤਾਂ 26 ਮਾਰਚ 2011 ਨੂੰ ਭਗਵੰਤਮਾਨ ਨੇ ਖੜਕੜ ਕਲਾਂ ਦੀ ਧਰਤੀ ਦੇ ਉੱਤੇ ਪਹਿਲਾ ਜਿਹੜਾ ਆਪਣਾ ਰਾਜਨੀਤਿਕ ਨਾਗਾ ਉਹ ਦਿੱਤਾ ਸੀਗਾ ਪਹਿਲੇ ਪਾਸ਼ਨ ਦਾ ਜ਼ਿਕਰ ਇਸ ਕਰਕੇ ਖਾਸ ਹੈ ਕਿਉਂਕਿ ਉਸੇ ਦਿਨ ਤੋਂ ਹੀ ਰਾਜਨੀਤੀ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਸੀ ਤਾਂ तमाम ਜਿਹੜੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਭਗਵੰਤ ਮਾਨ ਦੇ ਕਾਫਲੇ ਦੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਵੱਲੋਂ ਜਿਹੜਾ ਕਾਫਲਾ ਵੱਧ ਰਿਹਾ 26 ਕਿਲੋਮੀਟਰ ਦੇ ਕਰੀਬ ਜਿਹੜਾ ਅੰਮ੍ਰਿਤਸਰ ਆ ਉਹ ਰਹਿ ਚੁੱਕਿਆ ਹੈ 26 ਕਿਲੋਮੀਟਰ ਤੋਂ ਬਾਅਦ ਸਿੱਧਾ ਇਹ ਕਾਫਲਾ ਜਾਏਗਾ 에어ਪੋਰਟ 에어ਪੋਰਟ ਤੋਂ ਅਰਵਿੰਦ ਕੇਜਰੀ ਵੱਲੋਂ ਰਿਸਿਵ ਕੀਤਾ ਜਾਏਗਾ ਔਰ ਅਰਵਿੰਦ ਕੇਜਰੀ ਵੱਲੋਂ ਰਿਸਿਵ ਕਰਨ ਤੋਂ ਬਾਅਦ ਸਿੱਧਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਣਗੇ ਅਰਵਿੰਦ ਕੇਜਰੀਵਾਲ ਨਾਲ ਔਰ ਉਹਨਾਂ ਦੇ ਨਾਲ ਭਗਵੰਤ ਮਾਨ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਨਤਮਸਤਕ ਹੋਣਗੇ ਔਰ ਉਸ ਤੋਂ ਬਾਅਦ ਜੱਲ੍ਹਿਆਂਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਉਸ ਤੋਂ ਬਾਅਦ ਦਰਗਿਆਣਾ ਮੰਦਰ ਪਹੁੰਚਿਆ ਜਾਏਗਾ ਤਾਂ ਭਗਵੰਤ ਮਾਨ 92 ਐਮਐਲਏ ਜਿੱਤ ਕੇ ਆਏ ਨੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਏਰੀਏ ਤੋਂ ਔਰ ਵੱਡੇ-ਵੱਡੇ ਜਿਹੜੇ ਦਿਗगज ਨੇ ਉਹ ਹਰਾਏ ਨੇ ਜਿਨ੍ਹਾਂ ਦੇ ਵਿੱਚੋਂ ਖਾਸ ਤੌਰ ਤੇ ਜ਼ਿਕਰ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਇਸ ਕਰਕੇ ਵੀ ਹੋ ਜਾਂਦਾ ਕਿ 1947 ਤੋਂ ਲੈ ਕੇ ਹੁਣ ਤੱਕ ਕਦੇ ਵੀ ਕੋਈ ਇਲੈਕਸ਼ਨ ਆ ਜਿਹੜੇ ਉਹ ਪ੍ਰਕਾਸ਼ ਸਿੰਘ ਬਾਦਲ ਨਹੀਂ ਹਾਰੇ 1947 ਤੋਂ ਲੈ ਕੇ ਲਗਾਤਾਰ ਲੜਦੇ ਆ ਰਹੇ ਨੇ 1977 ਵਿੱਚ ਪਹਿਲਾ ਇਲੈਕਸ਼ਨ ਲੜਦੇ ਨੇ ਔਰ ਉਸ ਤੋਂ ਬਾਅਦ ਕਦੇ ਮੁੜ ਕੇ ਨਹੀਂ ਦੇਖਿਆ ਔਰ ਅੱਜ ਤੱਕ ਕਦੇ ਹਾਰ ਹੈ ਜਿਹੜੀ ਉਹ ਨਸੀਬ ਨਹੀਂ ਹੋਈ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਏ ਪਹਿਲੀ ਹਾਰ ਹੈ ਪਹਿਲੀ ਹਾਰ ਦੇ ਨਾਲ ਕੁਝ ਚੀਜ਼ਾਂ ਹੋਰ ਇੰਟਰਸਟਿੰਗ ਹੋ ਜਾਂਦੀਆਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਕਿਉਂਕਿ ਸਾਬਕਾ ਐਮਐਲਏ ਪ੍ਰਕਾਸ਼ ਸਿੰਘ ਬਾਦਲ ਹੋ ਚੁੱਕੇ ਨੇ ਤਾਂ 11 ਪੈਨਸ਼ਨਾਂ ਕਿਉਂਕਿ 11 ਵਾਰ ਐਮਐਲਏ ਰਹਿ ਚੁੱਕੇ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਕੋਲ 11 ਪੈਨਸ਼ਨਾਂ ਮਿਲਣਗੀਆਂ 5,76,000 150 ਰੁਪਏ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਦੇ ਖਾਤੇ 'ਚ ਹਰ ਮਹੀਨੇ ਜਾਏਗਾ ਤਾਂ 5,76,000 150 ਰੁਪਏ ਜਿਹੜੇ ਉਹ ਅੱਗੇ ਜਾਣਗੇ ਪ੍ਰਕਾਸ਼ ਸਿੰਘ ਬਾਦਲ ਦੇ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਸਿੰਘ ਬਾਦਲ ਸਿੰਘ ਰਜਿੰਦਰ ਕੌਰ ਪਠੱਲ ਪਰਮਿੰਦਰ ਢੀਂਸਾ ਇਹਨਾਂ ਦੇ ਕੋਲੇ ਵੀ ਪੰਜ-ਪੰਜ ਪੈਨਸ਼ਨਾਂ ਜਾਣਗੀਆਂ ਕਿਉਂਕਿ ਪੰਜ-ਪੰਜ ਵਾਰ ਇਹ ਵੀ ਵਿਧਾਇਕ ਬਣ ਚੁੱਕੇ ਨੇ ਤਾਂ ਜਿਹੇ ਦੇ ਵਿੱਚ ਜਿਹੜਾ ਇੱਕ ਵੱਡਾ ਖਜ਼ਾਨੇ ਤੇ ਬੋਝ ਇਸ ਨੂੰ ਕਹਿ ਸਕਦੇ ਆ ਕਿ ਜਿਹੜਾ ਇਹਨਾਂ ਤੇ ਖਰਚ ਹੋਣ ਵਾਲਾ ਇੱਕ ਤੁਹਾਨੂੰ ਤਫਸੀਲ 'ਚ ਥੋੜਾ ਦੱਸ ਦਿੰਨੇ ਆ ਕਿ ਦਿੱਤੀ ਲੱਗੀ ਹੈ ਜੇਕਰ ਕੋਈ ਵਿਅਕਤੀ ਇੱਕ ਹੋਵੇ ਚਾਹੇ 5 ਵਾਰ ਹੋਵੇ ਔਰ ਚਾਹੇ ਪ੍ਰਕਾਸ਼ ਸਿੰਘ ਬਾਦਲ ਦੇ ਵਾਂਗੂ 11 ਵਾਰ ਹੋਵੇ ਤਾਂ ਕੀ ਉਸ ਨੂੰ ਪੈਨਸ਼ਨ ਇੱਕ ਹੀ ਦਿੱਤੀ ਜਾਏਗੀ ਇਹ ਇੱਕ ਵੱਡਾ ਸਵਾਲ ਹੈ ਉੱਥੇ ਦੂਜੇ ਪਾਸੇ ਜਦੋਂ ਤੁਸੀਂ ਨਜ਼ਰ ਮਾਰੋਗੇ ਪੰਜਾਬ ਵਿਧਾਨ ਸਭਾ ਦੇ ਸਟਰਕਚਰ ਦੇ ਉੱਤੇ ਤਾਂ ਤੁਹਾਨੂੰ ਪਤਾ ਲੱਗੇਗਾ ਬਹੁਤ ਸਾਰੇ ਐਮਐਲਏ ਨੇ ਜਿਹੜੇ ਇਸ ਵਾਰ ਬਿਲਕੁਲ ਨਵੇਂ ਜਿੱਤ ਕੇ ਆਏ ਨੇ ਤਾਂ ਜਿਹੜੇ ਪੁਰਾਣੇ ਐਮਐਲਏ ਆ ਉਹ ਸਾਫ ਤੇ ਸਾਬਕਾ ਐਮਐਲਏ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਵੀ ਸ਼ੁਰੂ ਹੋ ਚੁੱਕੀਆਂ ਨੇ ਆਮ ਆਦਮੀ ਪਾਰਟੀ ਦਾ ਇੱਕ ਮੋਟਾ-ਮੋਟਾ ਦਾ ਅੰਦਾਜ਼ਾ ਲਗਾ ਲਈਏ ਤਾਂ ਇਸ ਵਾਰ 92 ਐਮਐਲਏ ਜਿੱਤ ਕੇ ਆਏ ਆ 92 ਦੇ ਵਿੱਚੋਂ ਕੇਵਲ 10 ਐਮਐਲਏ ਅਜੇ ਇਹ ਹੈ ਜਿਹੜੇ ਪਹਿਲਾਂ ਵੀ ਐਮਐਲਏ ਬਣੇ ਹੋਏ ਸੀ ਜਿਹੜੇ ਪਹਿਲਾਂ ਦੂਜੇ ਪਾਸੇ ਜਿਹੜੇ ਇੱਕ ਨਵਾਂ ਸ਼ਹਿਰ ਦਾ ਐਮਐਲਏ ਜਿਹੜਾ ਬੀਐਸਪੀ ਤੋਂ ਜਿੱਤ ਕੇ ਆਏ ਨੇ ਉਸ ਨੂੰ ਜੋੜ ਲਿਆ ਜਾਵੇ ਤਾਂ 83 ਐਮਐਲਏ ਹੋ ਜਾਂਦੇ ਨੇਗੇ ਰਾਣਾ ਜਿਹੜੇ ਸੁਲਤਾਨਪੁਰ ਲੋਧੀ ਤੋਂ ਹਰਾ ਕੇ ਆਏ ਨੇ ਸੱਜਣ ਸਿੰਘ ਚੀਮਾ ਨੂੰ ਹਰਾ ਕੇ ਆਏ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤ ਕੇ ਆਏ ਨੇ ਜੇਕਰ ਉਹਨਾਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਉਹ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਨੇ 84ਵਾਂ ਐਮਐਲਏ ਉਹਨਾਂ ਨੂੰ ਕਿਹਾ ਜਾ ਸਕਦਾ ਗਰਨੀਪ ਕੌਰ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦੇ ਪਤਨੀ ਨੇ 85ਵੇਂ ਐਮਐਲਏ ਉਹਨਾਂ ਨੂੰ ਗਿਨਾ ਜਾ ਸਕਦਾ ਔਰ ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਵੀ 4 ਤੋਂ 5 ਚਿਹਰੇ ਅਜਿਹੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਇਸ ਵਕਤ ਬਿਲਕੁਲ ਨਵੇਂ ਜਿੱਤ ਕੇ ਆਏ ਨੇ ਤਾਂ ਜੇਕਰ ਨਵੇਂ ਚਿਹਰੇ ਜਿੱਤ ਕੇ ਆਏ ਨੇ ਤਾਂ ਪੁਰਾਣੇ ਚਿਹਰੇ ਵਿਲੇ ਵੀ ਹੋ ਗਏ ਨੇ ਤਕਰੀਬ ਕਰੀਬ 85 ਤੋਂ 90 ਚਿਹਰੇ ਅਜਿਹੇ ਨੇ ਜਿਹੜੇ ਇਸ ਵਕਤ ਵਿਲੇ ਹੋ ਚੁੱਕੇ ਨੇ ਕਹਿੰਦਾ ਪਾਬਾ ਕਿ ਐਮਐਲਏ ਹੁਣ ਨਹੀਂ ਰਹਿ ਤਾ ਉਹਨਾਂ 85 ਦੇ 85 ਐਮਐਲਏਾਂ ਦੇ ਵਿੱਚੋਂ ਬਹੁਤ ਸਾਰੇ ਐਮਐਲਏ ਤੁਹਾਨੂੰ ਅਜਿਹੇ ਮਿਲਣਗੇ ਜਿਹੜੇ ਦੋ ਵਾਰ ਤਿੰਨ ਵਾਰ ਜਾਂ ਚਾਰ ਵਾਰ ਐਮਐਲਏ ਬਣ ਚੁੱਕੇ ਨੇ ਤਾਂ ਜਿਵੇਂ ਐਮਐਲਏ ਦੀ ਤੁਸੀਂ ਦੇਖਣਾ ਕਿ ਪੈਨਸ਼ਨਾਂ ਜਿਹੜੀਆਂ ਉਹ ਡਬਲ 트리플 ਲੱਗਣਗੀਆਂ ਸ਼ੁਰੂ ਹੋ ਜਾਣਗੀਆਂ ਕੁਲਜੀਤ ਨਾਗਰਾ ਦਾ ਸੀ ਜ਼ਿਕਰ ਕਰ ਲਈਏ ਚਰਨਜੀਤ ਸਿੰਘ ਚੰਨੀ ਦਾ ਸੀ ਜ਼ਿਕਰ ਕਰ ਲਈਏ ਸੁਖਬੀਰ ਸਿੰਘ ਬਾਦਲ ਦਾ ਸੀ ਜ਼ਿਕਰ ਕਰ ਲਈਏ ਤਾਂ ਇਹ तमाम ਚਿਹਰੇ ਤਾਂ ਇਹ ਸੀ ਅੰਕੜਿਆਂ ਦੀ ਗੱਲ ਹੁਣ ਤੁਹਾਨੂੰ ਸਿੱਧਾ ਲੈ ਚਲਦੇ ਆ ਅਮਰੇਸਰ ਜਿੱਥੇ ਮੇਰੇ ਸਹਿਯੋਗੀ ਪੁੱਲਰਜੀਤ ਸਿੰਘ ਜੁੜੇ ਹੋਏ ਨੇ ਸਿੱਧਾ ਪੁੱਲਰ ਕੋਲ ਪੁੱਲਰ ਓਵਰ ਟੂ ਯੂ ਜਾਪ ਤੇ ਪੰਜਾਬੀਅ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾ এবੀਬੀ ਸੰਜਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ এবੀਬੀ ਸੰਜਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ এবੀਬੀ ਸੰਜਾ ਜੋਸ਼ ਜਜ਼ਬਾ ਜਨੂਨ